ਜਗਦੀਸ਼ ਟਾਈਟਲ ਹਾਈ ਕੋਰਟ ਦੇ ਵਿੱਚ ਆਇਆ ਸੀ ਪਰ ਹਾਈ ਕੋਰਟ ਤੋਂ ਉਹਨੂੰ ਕੋਈ ਰਾਹਤ ਨਹੀਂ ਮਿਲੀ। ਜਗਦੀਸ਼ ਟਾਈਟਲ ਨੇ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਦਾਇਰ ਕੀਤੀ ਕਿ ਜੋ ਉਹਦੇ ਖਿਲਾਫ 3 ਸਿੱਖਾਂ ਦੇ ਕਤਲ ਦੇ ਚਾਰਜਸ ਫਰੇਮ ਹੋ ਕੇ ਮੁਕੱਦਮਾ ਚੱਲ ਰਿਹਾ ਉਹਦੇ ਖਿਲਾਫ ਉਹ ਆਇਆ ਅਤੇ ਉਹਨੇ ਕਿਹਾ ਕਿ ਮੈਨੂੰ ਹੁਣੇ ਛੱਡ ਦਿੱਤਾ ਜਾਵੇ, ਡਿਸਚਾਰਜ ਕੀਤਾ ਜਾਵੇ, ਮੈਨੂੰ ਬਰੀ ਕੀਤਾ ਜਾਵੇ। ਹੁਣੇ ਅੱਜ ਕੋਰਟ ਦੇ ਵਿੱਚ ਉਸ ਕੇਸ ਦੀ ਸੁਣਵਾਈ ਸੀ। ਟਾਈਟਲਰ ਦਾ ਜੋ ਮੇਨ ਉੱਥੇ ਆਰਗੂਮੈਂਟ ਸੀ ਟਾਈਟਲਰ ਦੇ ਵਕੀਲ ਦਾ ਕਿ 1 ਨਵੰਬਰ 1984 ਨੂੰ ਤਾਂ ਮੈਂ 3 ਮੂਰਤੀ ਭਵਨ 'ਤੇ ਮੌਜੂਦ ਸੀ ਔਰ ਰਾਜੀਵ ਗਾਂਧੀ ਦੇ ਮੈਂ ਨਾਲ ਸੀ, ਸਾਰਾ ਦਿਨ ਮੈਂ ਉੱਥੇ ਰਿਹਾ 9 ਵਜੇ ਤੋਂ 6 ਵਜੇ ਤੱਕ, ਅਤੇ ਮੈਂ ਉੱਥੇ ਪੁੱਲ ਬੰਗਸ਼ ਗੁਰਦੁਆਰੇ ਕਿਵੇਂ ਜਾ ਸਕਦਾ, ਮੈਂ ਤਾਂ ਗਿਆ ਹੀ ਨਹੀਂ। ਔਰ ਟਾਈਟਲ ਨਾਲ ਇਹ ਵੀ ਕਿਹਾ ਕਿ ਦੂਰਦਰਸ਼ਨ ਦੀ ਫੁਟਿੰਗ ਅਸੀਂ CBI ਨੂੰ ਦਿੱਤੀ ਆ ਅਤੇ 2010 ਦੇ ਵਿੱਚ ਜਿਹੜੀ CBI ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ, ਬਲਕਿ ਟਾਈਟਲ ਨੂੰ ਕਲੀਨ ਚਿੱਟ ਦਿੱਤੀ ਸੀ, ਉਹ ਇਹੋ ਮੰਨ ਕੇ ਦਿੱਤੀ ਸੀ ਕਿ ਕੋਰਟ ਵਿੱਚ ਲਿਖ ਕੇ ਦਿੱਤਾ ਸੀ ਕਿ ਟਾਈਟਲਰ ਤਾਂ 3 ਮੂਰਤੀ ਭਵਨ 'ਤੇ ਮੌਜੂਦ ਸੀ ਅਤੇ ਉਹ ਪੁੱਲ ਬੰਗਸ਼ ਗੁਰਦੁਆਰੇ ਨਹੀਂ ਜਾ ਸਕਦਾ। ਅਤੇ ਮੈਂ ਉਸ ਤੋਂ ਬਾਅਦ ਕੋਰਟ ਨੂੰ ਇਹ ਕਿਹਾ ਕਿ ਉਹ ਜਿਹੜੀ 2010 ਦੀ ਜਿਹੜੀ ਇਹ CBI ਦੀ ਕਲੋਜ਼ਰ ਰਿਪੋਰਟ ਸੀ ਉਹ ਕੋਰਟ ਨੇ, ਸੈਸ਼ਨ ਕੋਰਟ ਨੇ ਰਿਜੈਕਟ ਕੀਤੀ ਆ, ਔਰ ਉਹ ਰਿਜੈਕਟ ਕੀਤੀ ਆ ਇਸ ਕਰਕੇ ਜੋ ਅਸੀਂ ਬਹਿਸ ਕੀਤੀ, ਪਹਿਲੀ ਗੱਲ ਤਾਂ ਜੇ CBI ਦੀ ਜੋ ਦੂਰਦਰਸ਼ਨ ਦੀ ਫੁਟਿੰਗ ਆ ਉਹ ਸਿਰਫ 17 ਮਿੰਟ ਦੀ ਆ, ਔਰ ਉਹ 17 ਮਿੰਟ ਦੇ ਵਿੱਚੋਂ ਸਿਰਫ 9 ਮਿੰਟ ਟਾਈਟਲ ਉੱਥੇ ਵਿੱਚ ਦਿਸਦਾ, ਔਰ ਅਗਲੀ ਗੱਲ ਉਹਦੇ 'ਤੇ ਟਾਈਮਿੰਗ ਹੀ ਹੈ ਨਹੀਂ, ਔਰ ਤੀਜੀ ਗੱਲ ਕਿ ਜਿਹੜੇ ਉਹ ਫੁਟਿੰਗ ਦੇ ਵਿੱਚ ਦਿਸ ਰਹੇ ਆ ਰਾਜੀਵ ਗਾਂਧੀ ਅਤੇ ਅਮਿਤਾਭ ਬੱਚਨ ਜੋ ਉਹਦੇ ਵਿੱਚ ਸਾਹਮਣੇ ਦਿਸ ਰਹੇ ਆ, ਵੀ ਅੱਜ ਰਾਜੀਵ ਗਾਂਧੀ ਤਾਂ ਨਹੀਂ ਆ ਪਰ ਅਮਿਤਾਭ ਬੱਚਨ ਤਾਂ ਹੈਗਾ, CBI ਜਾ ਕੇ ਉਹਨੂੰ ਪੁੱਛੇ ਜਾ ਕੇ, ਤਾਂ ਕੋਰਟ ਨੇ ਇਹ CBI ਦੀ ਇਹ ਕਲੋਜ਼ਰ ਰਿਪੋਰਟ ਨੂੰ ਰਿਜੈਕਟ ਕਰ ਦਿੱਤਾ ਸੀ। ਫਰਦਰ ਇਨਵੈਸਟੀਗੇਸ਼ਨ ਦੇ ਆਰਡਰ ਕੀਤੇ ਕਿ ਜਾ ਕੇ ਅਮਿਤਾਭ ਬੱਚਨ ਦੀ ਸਟੇਟਮੈਂਟ ਰਿਕਾਰਡ ਕਰੋ। ਅਮਿਤਾਭ ਬੱਚਨ ਦੀ ਸਟੇਟਮੈਂਟ CBI ਨੇ ਰਿਕਾਰਡ ਕੀਤੀ। ਅਮਿਤਾਭ ਬੱਚਨ ਨੇ ਕਿਹਾ ਕਿ ਮੈਂ ਉੱਥੇ ਮੌਜੂਦ ਸੀ 3 ਮੂਰਤੀ ਭਵਨ, ਮੈਂ ਟਾਈਟਲ ਨੂੰ ਜਾਣਦਾ ਪਰ ਮੈਂ ਟਾਈਟਲ ਨੂੰ ਉੱਥੇ ਦੇਖਿਆ ਹੀ ਨਹੀਂ। ਅਸੀਂ ਜਦੋਂ ਹੁਣ ਬਹਿਸ ਹੋਈ ਸੈਸ਼ਨ ਕੋਰਟ ਦੇ ਵਿੱਚ ਉੱਥੇ ਵੀ ਟਾਈਟਲ ਨੇ ਇਹੋ ਗੱਲ ਕਹੀ, ਉੱਥੇ ਵੀ ਅਸੀਂ ਇਹੀ ਬਹਿਸ ਕੀਤੀ ਵੀ ਜਿਹੜਾ ਬੰਦਾ ਉੱਥੇ ਉਹ ਮੌਜੂਦ ਆ ਉਹਦੇ ਵਿੱਚ ਜੋ ਖੁਦ ਇਹ ਕਹਿ ਰਹੇ ਆ ਉੱਥੇ ਹੈ, ਉਹ ਕਹਿ ਰਿਹਾ ਮੈਂ ਤੈਨੂੰ ਦੇਖਿਆ ਹੀ ਨਹੀਂ, ਅਤੇ ਇਹ ਸਿਰਫ 9 ਮਿੰਟ ਦੀ ਆਪਣੀ ਵੀਡੀਓ ਲਗਾ ਕੇ ਕਹਿ ਰਿਹਾ ਸਾਰਾ ਦਿਨ ਮੈਂ ਉੱਥੇ ਸੀ, ਵੀ ਇਹ ਗੱਲ ਬਿਲਕੁਲ ਗਲਤ ਆ, ਇਹਦੀ ਜੋ ਦਲੀਲ ਆ ਇਹ ਨਹੀਂ ਮੰਨੀ ਜਾਣੀ ਚਾਹੀਦੀ। ਸੈਸ਼ਨ ਕੋਰਟ ਨੇ ਰਿਜੈਕਟ ਕਰਤੀ। ਅੱਜ ਜਦੋਂ ਹਾਈ ਕੋਰਟ 'ਚ ਫਿਰ ਇਹਨੇ ਉਹ ਦਲੀਲ ਲੈਣ ਦੀ ਕੋਸ਼ਿਸ਼ ਕੀਤੀ ਅਤੇ ਹਾਈ ਕੋਰਟ ਦੇ ਵਿੱਚ ਫਿਰ ਉਹ ਕੋਈ ਹੋਰ ਇਹਨਾਂ ਨੇ ਡਾਕੂਮੈਂਟ ਕਹੇ ਕਿ ਉਹ ਕੋਰਟ ਦੇ ਕਿਹਾ ਉਹ ਫਾਈਲ ਕਰੋ, ਅਤੇ ਅੱਜ ਇਹਨਾਂ ਨੇ ਟਾਈਮ ਲਿਆ ਕੋਰਟ ਕੋਲੋਂ, ਹਾਈ ਕੋਰਟ ਕੋਲੋਂ ਹੋਰ ਡਾਕੂਮੈਂਟ ਫਾਈਲ ਕਰਨ ਦਾ। 29 ਨਵੰਬਰ ਦੀ ਤਰੀਕ ਪਈ ਆ, ਅੱਜ ਕੋਈ ਨੋਟਿਸ ਨਹੀਂ ਇਸ਼ੂ ਹੋਇਆ, ਕੋਈ ਇਹਨੂੰ ਸਟੇਅ ਨਹੀਂ ਮਿਲੀ। 29 ਨਵੰਬਰ ਨੂੰ ਕੋਰਟ ਅੱਗੇ ਜਾ ਕੇ ਫੈਸਲਾ ਕਰੇਗੀ ਕਿ ਇਹ 'ਚ ਨੋਟਿਸ ਵੀ ਇਸ਼ੂ ਕਰਨਾ ਜਾਂ ਅੱਗੇ ਕਿਸ ਤਰ੍ਹਾਂ ਕਰਨਾ, ਉਦੋਂ ਜਾ ਕੇ ਬਹਿਸ ਹੋਏਗੀ। ਅਤੇ ਮੈਂ ਕੋਰਟ ਨੂੰ ਕਲੀਅਰਲੀ ਕਿਹਾ, ਮੈਂ ਕਿਹਾ ਵੀ ਟ੍ਰਾਇਲ ਦਾ ਮੁਕੱਦਮਾ ਚੱਲਣਾ ਚਾਹੀਦਾ, ਔਰ ਕੋਰਟ ਨੇ ਕਿਹਾ ਬਿਲਕੁਲ ਕੋਈ ਸਟੇਅ ਨਹੀਂ ਹੈ ਔਰ ਇਹ ਜੋ ਟ੍ਰਾਇਲ ਹੋਏਗਾ ਜੋ ਇਹ ਗਵਾਹੀਆਂ ਹੈ ਉਹ ਇਹਦੇ ਅਗੇਂਸਟ ਚਲਦੀਆਂ ਰਹਿਣਗੀਆਂ। ਅਗਲੀ ਸੁਣਵਾਈ ਇੱਥੇ 29 ਨਵੰਬਰ ਦੀ ਆ ਅਤੇ ਟ੍ਰਾਇਲ ਕੋਰਟ ਦੇ ਵਿੱਚ ਗਵਾਹੀਆਂ 3 ਅਕਤੂਬਰ ਤੋਂ ਬਲਕਿ ਪਰਸੋਂ ਤੋਂ ਸ਼ੁਰੂ ਹੋ ਜਾਣਗੀਆਂ। ਬਿਲਕੁਲ ਇੰਪੈਕਟ ਪੜਦਾ, ਜਿਹੜੀ ਟਾਈਟਲ ਨੇ ਕਿਹਾ ਸੀ ਇਹਨੂੰ ਆਪਾਂ ਜਿਹੜੀ ਲੀਗਲ ਟਰਮ ਦੇ ਵਿੱਚ ਅਲਬਾਈ ਕਹਿੰਦੇ ਹਾਂ ਕਿ ਮੈਂ ਤਾਂ ਕਿਤੇ ਹੋਰ ਮੌਜੂਦ ਸੀ, ਉਹ ਜੋ CBI ਨੇ ਮੰਨੀ ਉਸ ਤੋਂ ਮਗਰੋਂ ਜਦੋਂ ਕੋਰਟ ਨੇ ਕਿਹਾ ਕਿ ਜਾ ਕੇ ਤੁਸੀਂ ਉਹਦੇ ਬਿਆਨ ਕਰੋ, ਜਦੋਂ ਟਾਈਟਲ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਮੈਂ ਉੱਥੇ ਸੀਗਾ ਮੈਂ ਤੁਹਾਨੂੰ ਦੇਖਿਆ ਹੀ ਨਹੀਂ, ਅਤੇ ਉਹ ਜਿਹੜੀ ਪਲੀ ਉਦੋਂ ਬਾਅਦ ਇਹਦੀ ਅਲਬਾਈ ਦੀ ਨਹੀਂ ਚੱਲੀ।
ਉਹਨਾਂ ਨੇ ਕਿਹਾ ਕਿ ਗਵਾਹੀਆਂ ਦਾ ਮਾਮਲਾ ਤੂੰ ਲਿਆ ਕੇ ਗਵਾਹ ਆਪਣੇ ਪੇਸ਼ ਕਰ ਜੇ ਤੂੰ ਕੁਛ ਜੋ ਕਹਿਣਾ ਚਾਹੁੰਦਾ। ਪਰ ਇਸ ਟਾਈਮ ਦੇ ਉੱਤੇ ਜਿਹੜੇ ਗਵਾਹ ਕਹਿ ਰਹੇ ਆ ਤੈਨੂੰ ਦੇਖਿਆ, ਉਹ ਗਵਾਹਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਸਿਰਫ ਇਸ ਕਰਕੇ ਕਿ ਤੂੰ ਇਹ ਕਹਿ ਰਿਹਾ ਕਿ ਮੈਂ ਉੱਥੇ ਮੌਜੂਦ ਸੀ। ਤੋ ਇਸ ਕਰਕੇ ਸੈਸ਼ਨ ਕੋਰਟ ਨੇ ਰਿਜੈਕਟ ਕਰਤਾ ਸੀ। ਅੱਜ ਹਾਈ ਕੋਰਟ ਨੇ ਵੀ ਅਜੇ ਤੱਕ ਇਹਦੀ ਅਪੀਲ ਨਹੀਂ ਬਣੀ। 29 ਤਰੀਕ ਨੂੰ ਅੱਗੇ ਬਹਿਸ ਹੋਈ, ਉਦੋਂ ਫੈਸਲਾ ਹੋਏਗਾ।